ਭਾਰਤੀ ਜਨਤਾ ਪਾਰਟੀ ਨੂੰ ਇੱਕ ਦਫਾ ਦਾ ਸੋਚਣਾ ਚਾਹੀਦਾ। ਤੁਹਾਨੂੰ ਵੀ ਗੌਰਵ ਜੀ ਲੇਬਲ ਕਰਤਾ, ਨੈਣ ਸਾਹਿਬ ਨੂੰ ਵੀ ਲੇਬਲ ਕਰਤਾ, ਪੰਜਾਬੀ ਨੂੰ ਵੀ ਲੇਬਲ ਕਰਤਾ, ਬੀਜੇਪੀ ਕਿਸੇ ਦੀ ਇੱਜ਼ਤ ਨਹੀਂ ਕਰਤਾ। ਸਰ ਆਫਿਸਰ ਰਹੇ ਹੋ ਸਰ ਆਰਮੀ ਦੇ ਵਿੱਚ, ਅਤੇ ਤੁਸੀਂ ਜੰਮੂ ਕਸ਼ਮੀਰ ਸਾਰੇ ਫਰੰਟਸ 'ਤੇ ਤੁਸੀਂ ਸੇਵਾ ਕੀਤੀ ਦੇਸ਼ ਦੀ। ਸ਼ਰਮਾ ਜੀ ਆਉਣਾ, ਪਲੀਜ਼ ਸਵਾਲ ਲੈ ਕੇ ਆਉਣਾ। ਸਰ ਸਵਾਲ ਤੁਹਾਡਾ ਹੀ ਸੀਗਾ, ਮੈਂ ਸਰ ਤੋਂ ਜਾਣਨਾ ਚਾਹੁੰਦਾ। ਸਰ ਜਿਵੇਂ ਹੁਣੇ ਸ਼ਰਮਾ ਜੀ ਨੇ ਕਿਹਾ ਆਪਣੇ ਓਪਨਿੰਗ ਰਿਮਾਰਕਸ ਦੇ ਵਿੱਚ, ਉਹ ਕਹਿੰਦੇ ਮਤਲਬ ਕਿ ਇੱਕ ਹਾਈ ਲੈਵਲ ਇਨਕੁਆਇਰੀ ਹੋਣੀ ਹੈ, ਅਤੇ ਜਿਸ ਦੇ ਨਾਲ ਇੱਥੇ ਜਿੰਨੇ ਆਫਿਸਰ ਹੈਗੇ ਆ ਉਹ ਸਾਰਿਆਂ ਦੀ ਸਕਰੂਟਨੀ ਹੋਏਗੀ, ਈਵਨ ਇੱਥੇ ਜਿਹੜਾ ਏਅਰਪੋਰਟ ਹੈ ਉਹ ਸੀਜ਼ ਵੀ ਕੀਤਾ ਜਾ ਸਕਦਾ। ਇਹਨਾਂ ਦੇ ਬਿਆਨ ਸੀਗੇ, ਇਸ ਲੈਵਲ ਤੱਕ ਜਿਹੜਾ ਹੈ ਸੋਚ ਲਿਆ ਉਹਨਾਂ ਨੇ, ਏਅਰਪੋਰਟ ਸੀਜ਼ ਹੋ ਸਕਦਾ ਹੈ, ਸਾਰਿਆਂ ਦੇ ਉੱਪਰ ਜਿਹੜਾ ਹੁਣ ਸ਼ੱਕ ਹੈ ਸਕਰੂਟਨੀ ਸਾਰਿਆਂ ਦੀ ਹੋਣੀ ਹੈ, ਮਤਲਬ ਸਾਰੇ ਹੀ ਸ਼ੱਕ ਦੇ ਘੇਰੇ 'ਚ ਹੈ, ਏਅਰਪੋਰਟ ਹੀ ਬੰਦ ਹੋ ਸਕਦਾ। ਇਜ਼ ਇਟ ਰਾਈਟ? ਕੋਈ ਗੱਲ ਨਹੀਂ ਗੌਰਵ, ਸਾਨੂੰ ਵੀ ਚੱਕ ਲੈਣੇ, ਕਿਆ ਪ੍ਰੋਬਲਮ ਹੈ, ਅਸੀਂ ਵੀ ਦੇਸ਼ ਵਾਸੀ ਨੇ, ਇਹ ਕੋਈ ਮਤਲਬ ਨਹੀਂ ਹੁਆ। ਆਪ ਇੰਟਰਫੇਅਰ ਕਰ ਰਹੇ ਹੈ ਸੇਨਾ ਕੇ ਪ੍ਰੋਸੀਜਰ ਮੇਂ, ਜੋ ਕਿ ਇਟਸੈਲਫ ਇਜ਼ ਅ ਕ੍ਰਾਈਮ। ਸੇਨਾ ਕੇ ਪ੍ਰੋਸੀਜਰ ਮੇਂ ਇੰਟਰਫੇਅਰੈਂਸ ਕਰਨਾ ਖੁਦ ਆਪਣੇ ਆਪ ਮੇਂ ਇੱਕ ਕ੍ਰਾਈਮ ਹੈ। ਆਪ ਉਨਕੋ ਉਨਕਾ ਕਾਮ ਕਰਨੇ ਦੀਜੀਏ, ਭਰੋਸਾ ਰੱਖੀਏ, ਯਾ ਤੋ ਕਹਿ ਦੀਜੀਏ ਕਿ ਆਪਕੋ ਆਪਣੀ ਸੇਨਾ ਪੇ ਭਰੋਸਾ ਨਹੀਂ ਹੈ, ਫਿਰ ਬੋਲੀਏ ਕਿ ਹਮ ਤੋ ਜੋ ਵੀ ਹਮਾਰੇ ਪਾਸ ਤਾਕਤ ਹੈ ਵੋ ਸਾਰੀ ਲਗਾ ਦੇਂਗੇ, ਤੋ ਲਗਾਈਏ, ਸਟੇਟ ਲੈਵਲ ਪੇ ਵੀ ਲਗਾਈਏ ਔਰ ਸੈਂਟਰ ਲੈਵਲ ਪੇ ਵੀ ਲਗਾਈਏ। ਰਾਈਟ ਸਰ, ਲੇਕਿਨ ਇਤਨੀ ਤੋਹੀਨ ਨਾ ਕੀਜੀਏ, ਕਿਉਂਕਿ ਇਹ ਸੇਨਾ ਆਜ ਵੀ ਆਪ ਹਮ ਜਬ ਲੋਗ ਡਿਬੇਟ ਕਰ ਰਹੇ ਹੈ ਯਹਾਂ ਪੇ, ਆਪ ਮਾਨੇ ਯਾ ਨਾ ਮਾਨੇ, ਉਸ ਮਾਈਨਸ 40 ਡਿਗਰੀ ਕੇ ਅੰਦਰ ਤੜਕੁਲ ਆ ਰਹੇ ਹੈ ਸਰ, ਇਸ ਮਾਈਨਸ 40 ਡਿਗਰੀ ਕੇ ਅੰਦਰ ਇੱਕ ਸੈਨਿਕ ਸ਼ਰਮਾ ਜੀ ਕੀ ਰਕਸ਼ਾ ਕਰ ਰਹਾ ਹੈ। आप यहाँ पर आपके चैनल पे तो नाम डिस्प्ले नहीं हो पा रहे हैं, लेकिन ये जो कर्नल साहब बैठे हैं, मैंने बता दूं कि हिमाचलियों से ज्यादा सेना को आप भी नहीं शायद समझते होंगे, और कंगना रावत एक फौजी की बेटी है, उसके ग्रैंडफादर भी फौजी थे, फौज को आपसे ज्यादा हमसे ज्यादा आप नहीं समझ सकते। तो ये जो प्रो मिलिटेंट्स होकर शर्मा जी शहीद का बेटा हूँ, नैन साहब एक मिनट रुक जाओ, नैन साहब एक मिनट रुक जाओ सर, 1965 में शहीद हुए थे पिताजी, आपके घर की रक्षा करते हुए मैंने भी खून बहाया है, तो जस्ट शट अप शर्मा जी, यू शट अप, यू आर इडियट, तो सेवा का बदनाम कर रहा है, ਸਮਝ ਲਾ ਕਿਆ ਕੀ ਰਹੀ ਹੈ ਸਰ ਨੈਨ ਸਾਹਿਬ ਪਲੀਜ਼ ਸ਼ਰਮਾ ਜੀ ਵਿਦ ਆਲ ਡਿਊ ਰਿਸਪੈਕਟ ਸਰ ਨੈਨ ਜੀ ਨੈਨ ਸਾਹਿਬ ਸਰ ਤੁਸੀਂ ਸੀਨੀਅਰ ਮੋਸਟ ਆਫਿਸਰ ਸਰ ਕਰਨਲ ਹੋ ਸਰ ਪਲੀਜ਼ ਆਪਾਂ ਸ਼ਰਮਾ ਜੀ ਦਾ ਪੁਆਇੰਟ ਲੈ ਲਈਏ, ਨਹੀਂ ਸ਼ਰਮਾ ਜੀ ਸਰ ਆਪਾਂ ਸਾਰੀ ਇੱਜ਼ਤ ਦੇ ਨਾਲ ਗੱਲ ਕਰੀਏ ਸਰ, ਪਲੀਜ਼ ਆਈ ਸਰ ਪਲੀਜ਼ ਆਈ ਰਿਕੁਐਸਟ ਸਰ ਪਲੀਜ਼ ਸ਼ਰਮਾ ਜੀ ਦੱਸੋ ਕੀ ਕਹਿਣਾ। ਆਪ ਕੈਸੇ ਕੈਸੇ ਲੋਗੋਂ ਕੋ ਚੈਨਲਸ ਬੁਲਾਤੇ ਹੈ ਭਈਆ, ਸਰ ਆਰਮੀ ਦੇ ਵਿੱਚ ਕਰਨਲ ਰਹੇ ਸਰ, ਸਰ ਦੇਸ਼ ਦੀ ਸੇਵਾ ਕੀਤੀ ਹੈ, ਤੁਸੀਂ ਮੈਨੂੰ ਇੱਦਾਂ ਨਾ ਕਹੋ ਸਰ, ਕਿ ਕਿਹਨਾਂ ਨੂੰ ਲਿਆਉਂਦੇ ਸਰ, ਫੌਜ ਦੀ ਇੱਜ਼ਤ ਦੀ ਗੱਲ ਕਰ ਰਹੇ ਹੈ ਕਿ ਆਪਣੇ ਫੌਜ ਨੂੰ ਆਪਣੇ ਫੌਜੀਆਂ ਨੂੰ ਇੱਜ਼ਤ ਦੀ ਗੱਲ ਕਰ ਰਹੇ ਹੈ,
ਵੀ ਸ਼ੁਡ ਡਿਸਰਿਸਪੈਕਟ ਸਰ ਉਹਨਾਂ ਨੇ ਆ ਗੱਲ ਕੀਤੀ ਹੈ ਬੀਜੇਪੀ ਫੌਜ ਦੀ ਵੀ ਇੱਜ਼ਤ ਕਰੂਗੀ ਬੀਜੇਪੀ ਹੁਣ ਫੌਜ ਦੀ ਵੀ ਇੱਜ਼ਤ ਨਹੀਂ ਕਰੂਗੀ ਤੁਹਾਨੂੰ ਫੌਜ ਦੀ ਤਾਂ ਇੱਜ਼ਤ ਕਰਨੀ ਚਾਹੀਦੀ ਹੈ ਭਾਰਤੀ ਜਨਤਾ ਪਾਰਟੀ ਨੂੰ ਕਿਸੇ ਨੂੰ ਤਾਂ ਸਨਮਾਨ ਦਿਓ ਇੱਜ਼ਤ ਦਿਓ ਦੇਸ਼ ਦੀ ਸੇਵਾ ਕਰਦੇ ਹੈ ਸੇਨਾ ਦੇ ਬਾਰੇ ਸਾਰੇ ਇੱਜ਼ਤ ਨਾਲ ਹੀ ਗੱਲ ਕਰਨਗੇ ਵੀ ਸਲਿਊਟ ਆਰ ਆਰਮੀ ਸਰ ਪਲੀਜ਼ ਸ਼ਰਮਾ ਜੀ ਦੱਸੋ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਬੀਜੇਪੀ ਨੂੰ ये आपके चैनल द्वारा एक चुने हुए प्रतिनिधि को डिफेम करने का स्पॉन्सर्ड प्रोग्राम है नहीं सर इस तरह नहीं है सर सारे नु इक्वल टाइम है सर विद ऑल ड्यू रिस्पेक्ट ऑल आर स्पीकिंग सर नहीं सर उत्तर नहीं देना देते भारतीय जनता पार्टी ਨੂੰ ਇੱਕ ਦਫਾ ਦਾ ਸੋਚਣਾ ਚਾਹੀਦਾ ਹੈ ਤੁਹਾਨੂੰ ਵੀ ਗੌਰਵ ਜੀ ਲੇਬਲ ਕਰਤਾ ਨੈਨ ਸਾਹਿਬ ਨੂੰ ਵੀ ਲੇਬਲ ਕਰਤਾ ਪੰਜਾਬੀ ਨੂੰ ਵੀ ਲੇਬਲ ਕਰਤਾ ਬੀਜੇਪੀ ਕਿਸੇ ਦੀ ਇੱਜ਼ਤ ਨਹੀਂ ਕਰ ਸਕਦੀ ਸਰ ਮੇਰੀ ਕੋਈ ਦਿੱਕਤ ਨਹੀਂ ਹੈ ਚਾਹੀਦੀ ਹੈ ਸਰ ਮੇਰੀ ਕੋਈ ਦਿੱਕਤ ਨਹੀਂ ਹੈ ਦੇਸ਼ ਦੀ ਸੈਨਾ ਸਭ ਤੋਂ ਵੱਡੀ ਹੈ ਉਸਦਾ ਸਨਮਾਨ ਹੋਣਾ ਚਾਹੀਦਾ ਸਰ ਪਲੀਜ਼ ਇਹ ਸੈਨਾ ਦਾ ਨਹੀਂ ਇਹ ਇੱਜ਼ਤ ਕਰ ਸਕਦੇ ਨੈਨ ਸਾਹਿਬ ਦੇਸ਼ ਦੀ ਸੇਵਾ ਕਰਕੇ ਆਏ ਹੈ ਹੀ ਹੈ ਸਰਵਡ ਐਜ਼ ਅ ਕਰਨਲ ਯੂ ਕਾਂਟ ਗਿਵ ਹਿਮ ਰਿਸਪੈਕਟ ਬੀਜੇਪੀ ਸ਼ੁਡ ਅਪੋਲੋਜਾਈਜ਼ ਫॉर दैट ਵਾਈ ਯੂਰ ਕਰਨਲ ਡਸਨਟ ਗੱਲ ਰਿਸਪੈਕਟ ਦੀ ਹੋ ਰਹੀ ਹੈ ਸਰ ਆਪਾਂ ਕੰਗਨਾ ਦੀ ਗੱਲ ਕਰ ਰਹੇ ਹਾਂ ਜਿਹੜਾ ਉਹਨਾਂ ਨੇ ਕਿਹਾ ਸਰ ਆਪਾਂ ਉਸ ਤੇ ਆ ਜੀ ਮੁੱਦੇ ਤੇ ਪਲੀਜ਼ ਸਰ ਸਰ ਆਪਾਂ ਕੰਗਨਾ ਦੀ ਗੱਲ ਤੇ ਕਰ ਰਹੇ ਸੀਗੇ ਚਰਚਾ ਸਰ ਪਲੀਜ਼ ਨਹੀਂ ਸਰ ਆਪਾਂ ਜਿਹੜੀ ਚਰਚਾ ਕਰ ਰਹੇ ਉਸ ਤੇ ਆ ਜੀ ਸਰ ਪਲੀਜ਼ ਸ਼ਰਮਾ ਜੀ ਕਮ ਟੂ ਦ ਟਾਪਿਕ ਡਿਸੈਂਟਲੀ ਨੈਨ ਸਾਹਿਬ ਪਲੀਜ਼ ਆਪਾਂ ਪਲੀਜ਼ ਯੂ ਕੀਪ ਕਮ ਡਾਊਨ ਆਈ ਵਿਲ ਬੀ ਏਬਲ ਟੂ ਸਪੀਕ ਹਾਂ ਨਹੀਂ ਸ਼ਰਮਾ ਜੀ ਤੁਸੀਂ ਬੋਲੋ ਸਰ ਸਰ ਕੰਗਨਾ ਦੀ ਗੱਲ ਹੋ ਰਹੀ ਹੈ ਤੁਸੀਂ ਕਹਿ ਰਹੇ ਹੋ ਸਰ ਮੈਂ ਤੁਹਾਡਾ ਪੁਆਇੰਟ ਲੈ ਕੇ ਜਾ ਰਿਹਾ ਕਿ ਨੈਨ ਸਾਹਿਬ ਪਲੀਜ਼ ਸਰ ਤੁਸੀਂ ਕਹਿ ਰਹੇ ਹੋ ਸਾਰਿਆਂ ਦੇ ਉੱਪਰ ਸ਼ੱਕ ਹੈ ਸਰ 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 ਪਲੀਜ਼ ਹੁਣ ਪੁਆਇੰਟ ਲੈ ਲੈਣਾ ਜਵਾਬ ਤੁਸੀਂ ਕਹਿੰਦੇ ਟਾਈਮ ਚਾਹੀਦਾ ਮੈਂ ਤੁਹਾਨੂੰ ਟਾਈਮ ਦੇ ਰਿਹਾ ਤੁਸੀਂ ਕਹਿ ਰਹੇ ਹੋ ਕਿ ਸਾਰਿਆਂ ਦੇ ਉੱਪਰ ਸ਼ੱਕ ਹੈ ਏਅਰਪੋਰਟ ਸੀਜ਼ ਹੋ ਸਕਦਾ ਹੈ ਏਅਰਪੋਰਟ ਨੂੰ ਰੋਕਿਆ ਜਾ ਸਕਦਾ ਹੈ ਕਿ ਸਰ ਸਾਰਿਆਂ ਦੇ ਉੱਪਰ ਸ਼ੱਕ ਠੀਕ ਹੈ ਇੱਕ ਪਾਸੇ ਪੰਜਾਬ ਦੇ ਉੱਪਰ ਸ਼ੱਕ ਇੱਕ ਪਾਸੇ ਏਅਰਪੋਰਟ ਦੇ ਉੱਪਰ ਤੈਨਾਤ ਸਾਰੇ ਜਿੰਨੇ ਵੀ ਆਰਮੀ ਵਾਲੇ ਹੈ ਆਪਣੀ ਸਿਕਿਉਰਿਟੀ ਫੋਰਸਿਸ ਹੈ ਸਾਰਿਆਂ ਦੇ ਉੱਪਰ ਸ਼ੱਕ ਸਰ ਫਿਰ ਦੇਸ਼ ਕਿਵੇਂ ਚੱਲੇਗਾ ਸਰ ਆਪ ਖਾਮੋਸ਼ ਰਹੇਗੇ ਤਾਂ ਮੈਂ ਉੱਤਰ ਦੇ ਪਾਊਂਗਾ ਦਿਓ ਸਰ ਪਲੀਜ਼ ਖਾਮੋਸ਼ ਦਿਓ ਉੱਤਰ ਦੇ ਪਾਊਂਗਾ ਹਾਂ ਹਾਂ ਸਰ ਦਿਓ ਮੱਛਲੀ ਬਜਾਉਂਗਾ ਸਰ ਸਰ ਨਹੀਂ ਠੀਕ ਹੈ ਪਰ ਬਣਾਓ ਮੱਛਲੀ ਬਜਾਓ ਇਸਕੋ ਨਹੀਂ ਨਹੀਂ ਸਰ ਤੁਸੀਂ ਜਵਾਬ ਦਿਓ ਪਰ ਤੁਸੀਂ ਵੀ ਆਪਣੇ ਸ਼ਬਦਾਂ ਦੀ ਮਰਿਆਦਾ ਰੱਖੋ ਕਿਰਪਾ ਕਰਕੇ ਨਹੀਂ ਉਹ ਤਾਂ ਨਾ ਵੈਲਿਊਬਲ ਬਾਉਂਸ ਯੂ ਸ਼ੁਡ ਬੀ ਰੈਡੀ ਟੂ ਹੈਵ ਅ ਬਾਉਂਸ ਬੈਕ ਸਰ ਤੁਸੀਂ ਜਵਾਬ ਦਿਓਗੇ ਆਪਣਾ ਟਾਈਮ ਤੁਹਾਡੇ ਲਈ ਹੁਣ ਰੱਖਿਆ ਤੁਸੀਂ ਬਾਅਦ ਚ ਨਹੀਂ ਕਰੋਗੇ ਟਾਈਮ ਨਹੀਂ ਦਿੱਤਾ ਮੈਂ ਪੁਆਇੰਟ ਵਾਈਜ਼ ਜਵਾਬ ਦੇ ਰਹਾ ਹਾਂ ਆਪਕੇ ਜੋ ਕਰਨਲ ਸਾਹਿਬ ਨੇ ਬੋਲਾ ਇਸਕਾ ਇਸ ਪੂਰੇ ਇਸ਼ੂ ਸੇ ਕੋਈ ਰੈਲੇਵੈਂਸੀ ਨਹੀਂ ਹੈ ਸਰ ਉਹ ਸ਼ਾਂਤ ਬੈਠੇ ਇਟ ਵਾਸ ਜਸਟ ਰਿਸਪੋਂਸਿਬਲ ਪ੍ਰੋਗਰਾਮ ਸਰ ਉਹ ਸ਼ਾਂਤ ਤੁਹਾਨੂੰ ਸੁਣ ਰਹੇ ਹਾਂ ਤੁਸੀਂ ਜਵਾਬ ਦਿਓ ਭਾਈ ਸਾਹਿਬ ਨੇ ਵੀ ਬੋਲਾ ਥਾ ਇੱਕ ਅਭੀ ਇਹਨਾਂ ਨੇ ਬੋਲਾ ਕਿ ਪੰਜਾਬ ਕੇ ਟੂਰਿਜ਼ਮ ਕੋ ਹਾਮ ਕਰਨੇ ਕੀ ਕੋਸ਼ਿਸ਼ ਕੀ ਜਾ ਰਹੀ ਹੈ ਮੈਂ ਇਹ ਜਾਨਣਾ ਚਾਹਤਾ ਹਾਂ ਪੰਜਾਬ ਕੇ ਕੌਨਸੇ ਟੂਰਿਜ਼ਮ ਕੋ ਹਾਮ ਕਰਨੇ ਕੀ ਕੋਸ਼ਿਸ਼ ਕੀ ਜਾ ਰਹੀ ਹੈ ਪੰਜਾਬ ਹੈਵ ਅ ਰਿਲੀਜੀਅਸ ਟੂਰਿਜ਼ਮ ਐਂਡ ਇਟ ਇਜ਼ ਆਲਵੇਜ਼ ਰਿਸਪੈਕਟਡ ਜਦ ਵੀ ਉਸਕੋ ਡਿਸਟਰਬ ਕੀਆ ਇਹਨਾਂ ਨੇ ਖੁਦ ਡਿਸਟਰਬ ਕੀਆ ਹੈ ਕਿਸੇ ਦੂਸਰੀ ਏਜੰਸੀ ਨੇ ਡਿਸਟਰਬ ਨਹੀਂ ਕੀਆ ਔਰ ਬਾਰ ਬਾਰ ਪ੍ਰਧਾਨ ਮੰਤਰੀ ਕੋ ਜਾਂ ਕਿਸੇ ਵੀ ਪ੍ਰੋਮੀਨੈਂਟ ਵਿਅਕਤੀ ਕੇ ਉੱਪਰ ਆਪ ਛਿਟਾਕਸ਼ੀ ਕਰੇ ਯਾ ਆਪਕੋ ਅਧਿਕਾਰ ਕਿਸਨੇ ਦਿਆ ਆਪ 250 ਗ੍ਰਾਮ ਕੇ ਨੇਤਾ ਯਹਾਂ ਪਰ ਜੋ ਪੰਜਾਬ ਮੇ ਘੂਮ ਰਹੇ ਹੈ ਉਹ ਆਪਣੇ ਆਪ ਕੋ ਪੰਜਾਬ ਕਾ ਮਾਈ ਬਾਪ ਸਮਝ ਰਹੇ ਹੈ ਹੁਣ ਤੁਸੀਂ ਸ਼ਬਦਾਂ ਦਾ ਥੋੜਾ ਸਰ ਥੋੜਾ ਤਕਾਜ਼ਾ ਰੱਖੋ ਮਰਿਆਦਾ ਰੱਖੋ ਹੁਣ ਤੁਸੀਂ ਵੀ ਆਪਣਾ ਫਿਸਲ ਰਹੇ ਹੋ ਸਰ
ਸਰ ਹੁਣ ਤੁਸੀਂ ਵੀ ਫੈਸਲਾ ਕਰ ਲਓ ਵਜਨ 10 ਗ੍ਰਾਮ ਵੀ ਨਹੀਂ ਹੈ ਸਰ ਆਪਾਂ ਕੰਗਨਾ ਨੂੰ ਕਹਿ ਰਹੇ ਆ ਜ਼ੁਬਾਨ ਤੇ ਲਗਾਮ ਦੇਣਾ ਹੈ ਤੇ ਤੁਹਾਨੂੰ ਵੀ ਰੱਖਣਾ ਚਾਹੀਦਾ ਸਰ ਜੀ ਹੁਣ ਤੁਸੀਂ ਡਿਸਰਿਸਪੈਕਟ ਕਰ ਰਹੇ ਹੋ ਜਾਂ ਤਾਂ ਬਾਕੀਆਂ ਨੂੰ ਨਸੀਹਤ ਨਾ ਦਿਓ ਨਾ ਸਰ ਤੁਹਾਨੂੰ ਆਰਾਮ ਨਾਲ ਸਾਰੇ ਸੁਣ ਰਹੇ ਆ ਹੁਣ ਤੁਸੀਂ ਵੀ ਪਿਆਰ ਵਾਲੀ ਸ਼ਬਦਾਵਲੀ ਦਾ ਇਸਤੇਮਾਲ ਕਰੋ ਸਰ ਪਲੀਜ਼